ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਊਜ਼ ਐਟ ਦੀ ਰੇਟ 8 ਤੇ ਮੈਂ ਹਰਮਨ ਬਾਜਵਾ ਤੇ ਬੁਲਟਿਨ ਦਾ ਆਗਾਜ਼ ਕਰਦੇ ਹਾਂ। ਸੰਸਦ ਵਿਚ ਪਿਛਲੇ ਹਫ਼ਤੇ ਤੋਂ ਜਾਰੀ ਗਤੀਰੋਧ ਨੂੰ ਰੋਕਣ ਲਈ ਸਰਵਦਲੀ ਬੈਠਕ ਬੁਲਾਈ ਗਈ ਹੈ। ਅਜੇ ਚ ਹੁਣ ਸਰਕਾਰ ਦੇ ਸਾਹਮਣੇ ਚੁਣੌਤੀ ਇਸ ਗਤੀਰੋਧ ਨੂੰ ਖਤਮ ਕਰਨ ਦੀ ਹੈ। ਸਰਕਾਰ ਨੂੰ ਇਸ ਸੈਸ਼ਨ ਦੇ ਦੌਰਾਨ GST, ਜ਼ਮੀਨ ਪ੍ਰਾਪਤੀ, ਜੁਵੇਨਾਈਲ ਜਸਟਿਸ, ਰੀਅਲ ਅਸਟੇਟ ਡਿਵੈਲਪਮੈਂਟ ਬਿੱਲ ਸਮੇਤ ਕਈ ਬਿੱਲਾਂ ਨੂੰ ਪਾਸ ਵੀ ਕਰਾਉਣਾ। ਇਨ੍ਹਾਂ ਬਿੱਲਾਂ ਤੇ ਚਰਚਾ ਕਰਾਉਣ ਲਈ ਸਦਨ ਦੀ ਕਾਰਵਾਈ ਚੱਲਣਾ ਜ਼ਰੂਰੀ ਹੈ, ਜਦੋਂ ਕਿ ਕਾਂਗਰਸ ਇਹ ਲਗਾਤਾਰ ਕਹਿ ਰਹੀ ਹੈ ਕਿ ਜਦੋਂ ਤੱਕ ਅਸਤੀਫੇ ਨਹੀਂ ਹੋਣਗੇ ਉਹ ਸਦਨ ਦੀ ਕਾਰਵਾਈ ਨਹੀਂ ਚੱਲਣ ਦੇਵੇਗੀ। ਉਥੇ ਹੀ ਸਰਕਾਰ ਨੇ ਵੀ ਕੜਾ ਰੁੱਖ ਅਖਤਿਆਰ ਕਰਦੇ ਹੋਏ ਕਿਹਾ ਕਿ ਨੇਤਾਵਾਂ ਦੇ ਅਸਤੀਫੇ ਕਿਸੇ ਕੀਮਤ ਤੇ ਨਹੀਂ ਹੋਣਗੇ। ਅਜੇ ਵਿਚ ਸਰਕਾਰ ਲਈ ਸਰਵਦਲੀ ਬੈਠਕ ਵਿਚ ਗਤੀਰੋਧ ਖਤਮ ਕਰਨਾ ਆਸਾਨ ਨਹੀਂ ਹੋਵੇਗਾ। ਦੋ ਹਜ਼ਾਰ 12 ਵਿਚ IPL ਕ੍ਰਿਕਟ ਦੌਰਾਨ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਤੇ ਲਗਾਈ ਗਈ ਰੋਕ ਹਟਾ ਦਿੱਤੀ ਗਈ ਹੈ। ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੁਆਰਾ IPL ਮੈਚ ਦੌਰਾਨ ਇਹ ਰੋਕ ਲਗਾਈ ਗਈ ਸੀ। ਦੱਸ ਦਈਏ ਕਿ ਵਾਨਖੇੜੇ ਸਟੇਡੀਅਮ ਵਿਚ ਸੁਰੱਖਿਆ ਗਾਰਡ ਦੇ ਨਾਲ ਸ਼ਾਹਰੁਖ ਖਾਨ ਦਾ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਵੱਲੋਂ ਸ਼ਾਹਰੁਖ ਖਾਨ ਤੇ ਵਾਨਖੇੜੇ ਸਟੇਡੀਅਮ ਜਾਣ ਤੇ ਰੋਕ ਲਗਾ ਦਿੱਤੀ ਗਈ ਸੀ। ਵਸੁੰਧਰਾ ਰਾਜੇ ਅਤੇ ਉਨ੍ਹਾਂ ਦੇ ਬੇਟੇ ਤੇ ਘੁਟਾਲੇ ਦਾ ਆਰੋਪ ਲੱਗਣ ਤੋਂ ਬਾਅਦ ਹੁਣ ਕਾਂਗਰਸ ਦੇ ਨਿਸ਼ਾਨੇ ਤੇ ਭਾਜਪਾ ਨੇਤਾ ਅਨੁਰਾਗ ਠਾਕੁਰ ਅਤੇ ਉਨ੍ਹਾਂ ਦੇ ਪਿਤਾ ਪ੍ਰੇਮ ਕੁਮਾਰ ਧੂਮਲ ਆ ਗਏ ਨੇ। ਕਾਂਗਰਸ ਨੇ ਦੋਵਾਂ ਤੇ ਜ਼ਮੀਨ ਘੁਟਾਲੇ ਦਾ ਆਰੋਪ ਲਗਾਇਆ। ਪ੍ਰੈਸ ਕਾਨਫਰੰਸ ਕਰਦਿਆਂ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਆਰੋਪ ਲਗਾਏ ਨੇ। ਜੈਰਾਮ ਰਮੇਸ਼ ਨੇ ਆਰੋਪ ਲਗਾਇਆ ਕਿ 2002 ਵਿਚ ਕ੍ਰਿਕਟ ਦੇ ਨਾਮ ਤੇ ਹਿਮਾਚਲ ਵਿਚ ਪ੍ਰੇਮ ਕੁਮਾਰ ਧੂਮਲ ਅਤੇ ਉਨ੍ਹਾਂ ਦੇ ਬੇਟੇ ਅਨੁਰਾਗ ਠਾਕੁਰ ਨੇ ਸੱਤਾ ਦੀ ਦੁਰਵਰਤੋਂ ਕੀਤੀ ਸੀ। ਧੂਮਲ ਨੇ ਆਪਣੇ ਬੇਟੇ ਦੇ ਕਹਿਣ ਤੇ ਧਰਮਸ਼ਾਲਾ ਚ 100 ਕਰੋੜ ਰੁਪਏ ਦੀ ਕੀਮਤ ਵਾਲੀ 16 ਏਕੜ ਜ਼ਮੀਨ ਹਿਮਾਚਲ ਕ੍ਰਿਕਟ ਐਸੋਸੀਏਸ਼ਨ ਨੂੰ ਸਟੇਡੀਅਮ ਬਣਾਉਣ ਲਈ ਦਿੱਤੀ ਸੀ, ਪਰ ਉਸ ਜ਼ਮੀਨ ਤੇ ਇੱਕ ਹੋਟਲ, ਰਿਸੋਰਟ ਅਤੇ ਨਵੇਂ ਦਫ਼ਤਰ ਦਾ ਬਣਾ ਲਿਆ ਗਿਆ। ਰਾਸ਼ਟਰੀ ਰਾਜਧਾਨੀ ਦਿੱਲੀ ਦੀ ਸਿਆਸੀ ਜ਼ਮੀਨ ਤੇ ਇੱਕ ਵਾਰ ਫਿਰ ਲੋਕਪਾਲ ਦਾ ਰੰਗ ਚੜਨ ਵਾਲਾ ਹੈ। ਕਾਂਗਰਸ ਪਾਰਟੀ ਕੇਜਰੀਵਾਲ ਸਰਕਾਰ ਦੇ ਖਿਲਾਫ ਹੱਲਾ ਬੋਲ ਕਰਦਿਆਂ ਮਜ਼ਬੂਤ ਲੋਕਪਾਲ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਹੈ। ਪਾਰਟੀ ਦਾ ਇਲਜ਼ਾਮ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਪਾਲ ਨੂੰ ਲੈ ਕੇ ਜਨਤਾ ਨਾਲ ਵਾਅਦਾ ਖਿਲਾਫੀ ਕੀਤੀ ਹੈ। ਹਾਲਾਂਕਿ ਇਸ ਵਿਚ ਕੋਈ ਦੋਰਾਏ ਨਹੀਂ ਹੈ ਕਿ ਜਿਸ ਤਰ੍ਹਾਂ ਕਾਂਗਰਸ ਨੂੰ ਵੀ ਲੰਬੇ ਅਰਸੇ ਬਾਅਦ ਇਸ ਮੁੱਦੇ ਦੀ ਯਾਦ ਆਈ, ਉਸ ਦੀ ਕਾਰਜਸ਼ੈਲੀ ਤੇ ਪ੍ਰਸ਼ਨ ਚਿੰਨ੍ਹ ਲੱਗਣਾ ਲਾਜ਼ਮੀ ਹੈ। ਕਾਂਗਰਸ ਪਾਰਟੀ ਨੇ ਦਿੱਲੀ ਸਰਕਾਰ ਵਿਰੁੱਧ ਲੋਕਪਾਲ ਨੂੰ ਨਾ ਲਿਆਉਣ ਤੇ ਹੋਰ ਚੋਣ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਵਿਰੋਧ ਵਿਚ ਦਿੱਲੀ ਦੀਆਂ ਕਈ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ। ਕਾਂਗਰਸ ਵੱਲੋਂ ਇਹ ਰੋਸ ਪ੍ਰਦਰਸ਼ਨ ਸਾਬਕਾ ਮੰਤਰੀ ਅਜੇ ਮਾਕਨ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਅਜੇ ਮਾਕਨ ਨੇ ਦਿੱਲੀ ਸਰਕਾਰ ਤੇ ਵਾਅਦਾ ਖਿਲਾਫੀ ਦੇ ਦੋਸ਼ ਲਾਏ ਤੇ ਭ੍ਰਿਸ਼ਟਾਚਾਰ ਨੂੰ ਵਧਾਉਣ ਤੇ ਵੀ ਦੋਸ਼ ਲਗਾਏ। ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਮਾਮਲੇ ਵਿਚ ਕਰੀਬ 23 ਮਹੀਨਿਆਂ ਤੋਂ ਜੋਧਪੁਰ ਸੈਂਟਰਲ ਜੇਲ੍ਹ ਵਿਚ ਬੰਦ ਆਸਾ ਰਾਮ ਨੂੰ ਨੈਤਿਕ ਸਿੱਖਿਆ ਦੀ ਕਿਤਾਬ ਵਿਚ ਮਹਾਨ ਸੰਤ ਦੱਸਿਆ ਗਿਆ। ਇਹ ਕਾਰਨਾਮਾ ਕੀਤਾ ਹੈ ਦਿੱਲੀ ਦੇ ਇਕ ਪ੍ਰਕਾਸ਼ਕ ਨੇ। NCERT ਦੇ ਪੈਟਰਨ ਤੇ ਆਧਾਰਿਤ ਇਸ ਪੁਸਤਕ ਵਿਚ ਦੇਸ਼ ਲਈ ਅਮੁੱਲ ਯੋਗਦਾਨ ਦੇਣ ਵਾਲੇ ਮਹਾਨ ਸੰਤਾਂ ਅਤੇ ਮਹਾਤਮਾਵਾਂ ਦੇ ਨਾਲ ਆਸਾ ਰਾਮ ਦੀ ਫੋਟੋ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਕਿਤਾਬ ਜੋਧਪੁਰ ਵਿਚ 3ਜੀ ਕਲਾਸ ਦੇ ਬੱਚਿਆਂ ਨੂੰ ਪੜਾਈ ਜਾ ਰਹੀ ਹੈ। ਦਿੱਲੀ ਦੇ ਗੁਰੂਕੁਲ ਐਜੂਕੇਸ਼ਨ ਬੁੱਕਸ ਵੱਲੋਂ ਨੈਤਿਕ ਸਿੱਖਿਆ ਵਿਸ਼ੇ ਤੇ ਪ੍ਰਕਾਸ਼ਿਤ ਨਯਾ ਉਜਾਲਾ ਕਿਤਾਬ ਚ ਪ੍ਰਸਿੱਧ ਸੰਤਾਂ ਦੀਆਂ
ਫੋਟੋਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ। ਮਾਮਲਾ ਉਜਾਗਰ ਹੋਣ ਤੋਂ ਬਾਅਦ ਰਾਜਸਥਾਨ ਦੇ ਸਿੱਖਿਆ ਮੰਤਰੀ ਵਾਸੂਦੇਵ ਦੇਵਨਾਨੀ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਨੇ। ਯਾਕੂਬ ਮੇਮਨ ਦੀ ਫਾਂਸੀ ਦਾ ਮਸਲਾ ਉਨ੍ਹਾਂ ਦੀ ਫਾਂਸੀ ਤੋਂ ਬਾਅਦ ਵੀ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ। ਹੁਣ ਸੁਪਰੀਮ ਕੋਰਟ ਦੇ ਡਿਪਟੀ ਰਜਿਸਟਰਾਰ ਪ੍ਰੋਫੈਸਰ ਅਨੂਪ ਸੁਰਿੰਦਰ ਨਾਥ ਨੇ ਯਾਕੂਬ ਮੇਮਨ ਦੀ ਫਾਂਸੀ ਦੇਣ ਵਿਰੁੱਧ ਰੋਸ ਪ੍ਰਗਟ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦੱਸ ਦਈਏ ਕਿ ਯਾਕੂਬ ਮੇਮਨ 1993 ਮੁੰਬਈ ਬੰਬ ਧਮਾਕਿਆਂ ਦਾ ਦੋਸ਼ੀ ਸੀ ਅਤੇ ਉਸ ਨੂੰ ਇਸੇ ਦੋਸ਼ ਤਹਿਤ 30 ਜੁਲਾਈ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਫਾਂਸੀ ਦੇ ਦਿੱਤੀ ਗਈ। ਅਨੂਪ ਸੁਰਿੰਦਰ ਨਾਥ ਯਾਕੂਬ ਮੇਮਨ ਨੂੰ ਫਾਂਸੀ ਨਾ ਦੇਣ ਲਈ ਦਿੱਤੀ ਗਈ ਅਰਜ਼ੀ ਨਾਲ ਵੀ ਜੁੜੇ ਹੋਏ ਸਨ। ਰੁਕ ਕਰਦੇ ਹਾਂ ਪੰਜਾਬ ਵੱਲ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਰੜ ਵਿਖੇ ਬਹੁਜਨ ਸਮਾਜ ਪਾਰਟੀ ਦੇ ਨੇਤਾ ਸਰਦਾਰ ਮਾਨ ਸਿੰਘ ਮਨਹੇਤਾ ਦੀ ਤੀਜੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ। ਇਸ ਮੌਕੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮਨਹੇੜਾ ਸਾਹਿਬ ਸੱਚੇ ਸੁੱਚੇ ਨੇਤਾ ਸਨ ਜਿਨ੍ਹਾਂ ਗਰੀਬ ਘਰ ਚ ਜਨਮ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਜਨਰਲ ਸੈਕਟਰੀ ਤੱਕ ਦਾ ਸਫ਼ਰ ਤੈਅ ਕੀਤਾ। ਇਸ ਮੌਕੇ ਸਰਦਾਰ ਬਾਦਲ ਤੋਂ ਇਲਾਵਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਐਨ ਕੇ ਸ਼ਰਮਾ ਖਾਸ ਤੌਰ ਤੇ ਮੌਜੂਦ ਰਹੇ। ਪਠਾਨਕੋਟ ਦੀ ਸਬ ਜੇਲ ਚ ਇਕ ਕੈਦੀ ਦੀ ਮੌਤ ਦਾ ਮਾਮਲਾ ਸਾਹਮਣੇ ਆਯਾ। ਜੇਲ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਣਜੀਤ ਕੁਮਾਰ ਨਾਂ ਦੇ ਕੈਦੀ ਦੀ ਭੇਤ ਭਰੀ ਹਾਲਤ ਚ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਮ੍ਰਿਤਕ ਆਪਣੀ ਪਤਨੀ ਦੇ ਸੜ ਕੇ ਮਰਨ ਦੇ ਦੋਸ਼ ਤਹਿਤ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਜਿਸ ਦੀ ਅੱਜ ਸਵੇਰੇ ਜੇਲ ਵਿਚ ਮੌਤ ਹੋ ਗਈ। ਇਸ ਸਬੰਧ ਵਿਚ ਜਦੋਂ ਸਬ ਜੇਲ ਦੇ ਸੁਪਰੀਡੈਂਟ ਅਰਵਿੰਦਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਜਿਸ ਉਪਰੰਤ ਉਸ ਨੂੰ ਸਿਵਲ ਹਸਪਤਾਲ ਪਠਾਨਕੋਟ ਭੇਜ ਦਿੱਤਾ ਗਿਆ ਪਰ ਰਸਤੇ ਵਿਚ ਉਸ ਦੀ ਮੌਤ ਹੋ ਗਈ। ਅੰਦਰ ਕੀ ਕੀਤਾ ਜੀ ਕਾਬੂ ਸਵੇਰੇ ਨਾਲ ਮੁੰਡੇ ਦੀ ਮੌਤ ਸਾਨੂੰ ਸਵੇਰੇ 8 ਵਜੇ ਪਤਾ ਲੱਗਾ ਹਸਪਤਾਲ ਵੱਲੋਂ ਹਸਪਤਾਲ ਆਇਆ ਨਾ ਅਤੇ ਡੈੱਡ ਬਾਡੀ ਮਤਲਬ ਸਾਲਾ ਓਮ ਪ੍ਰਕਾਸ਼ ਉਰਫ ਨਾਥੀ ਸਾਨੂੰ ਉਹਦੇ 'ਚ ਸ਼ੱਕ ਲਗਭਗ 4:15 ਵਜੇ ਪਤਾ ਲੱਗਿਆ ਵੀ ਬੰਦਾ ਬਿਮਾਰ ਹੈ। ਰਾਤ ਪਹਿਲੇ ਅੱਗ ਖੜੀ ਸੀ ਉਹਨੂੰ ਚਲੋ ਡਿਊਟੀ 'ਚ ਲੈਂਦਾ ਆ ਰਿਹਾ ਮੈਂ ਆਇਆ ਅਸੀਂ ਫਟਾਫਟ ਉਹਨੂੰ ਹੋਸਪਿਟਲ ਲੈ ਗਏ। ਅੱਜ ਆਲ ਇੰਡੀਆ ਟੈਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਦੀਨਾਨਗਰ ਅੱਤਵਾਦ ਹਮਲੇ ਚ ਸ਼ਹੀਦ ਹੋਏ ਪੁਲਿਸ ਜਵਾਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਹਮਲੇ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਬਹਾਦਰੀ ਸ਼ਲਾਘਾਯੋਗ ਹੈ। ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਰਾਜਨੀਤੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਰੁਕ ਕਰਦੇ ਅਗਲੀ ਖਬਰ ਵੱਲ। ਪਟਿਆਲਾ ਦੇ ਮਸ਼ਹੂਰ ਕੋਲੰਬੀਆ ਏਸ਼ੀਆ ਹਸਪਤਾਲ ਵਿਚ ਕੰਸਲਟੈਂਟਸ ਦੀ ਟੀਮ ਵਿਚ ਨਵਨਿਯੁਕਤ ਇੰਦਰਪ੍ਰੀਤ ਕੌਰ ਦਾ ਸਮੂਹ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਡਾਕਟਰ ਇੰਦਰਪ੍ਰੀਤ ਕੌਰ ਕਈ ਪੁਰਸਕਾਰਾਂ ਨਾਲ ਸਨਮਾਨਿਤ ਹਨ ਅਤੇ ਆਪਣੇ ਐਂਡਾਕ੍ਰਾਈਨੋਲੋਜੀ ਦੇ ਖੇਤਰ ਵਿਚ ਮਾਹਿਰ ਨੇ।
ਡਾਕਟਰ ਇੰਦਰਪ੍ਰੀਤ ਕੌਰ ਪਟਿਆਲਾ ਦੇ ਮਸ਼ਹੂਰ ਕੋਲੰਬੀਆ ਏਸ਼ੀਆ ਹਸਪਤਾਲ ਵਿਚ ਕੰਸਲਟੈਂਟਸ ਦੀ ਟੀਮ ਵਿਚ ਨਵਨਿਯੁਕਤੀ ਤੇ ਸਮੂਹ ਸਟਾਫ ਦੇ ਵੱਲੋਂ ਅਤੇ ਡਾਕਟਰ ਵਰਿੰਦਰ ਪਟਨਾਗਰ ਅਤੇ ਸ੍ਰੀ ਬ੍ਰਿਜੇਸ਼ ਕੁਮਾਰ ਪੀਆਰਓ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। Columbia Asia Hospital Patiala has always been in the forefront to provide state of the art and comprehensive medical care to the people in Malwa region. Columbia Asia Hospital is an international chain of hospitals with its presence in Southeast Asia, in Malaysia, Vietnam, Indonesia and India, with 11 hospitals across various cities in India. This organization strives in providing an effective, affordable medical service in a very clean and caring environment. Strongly believing in ethical medical practices, we ensure that a quality medical service is provided to the patients. Keeping this perspective in view, we have today Dr. Inderpreet Kaur joining the team of doctors as an endocrinologist. It was a long felt need of the region to have an organized endocrine facility, and with the joining of Dr. Inderpreet Kaur, we have added one more specialty to the armamentarium. Dr. Inderpreet Kaur is a medical graduate from Medical Manipal College of Medical Sciences. She moved to USA to complete her MD in internal medicine and then complete her fellowship in endocrinology from the prestigious Thomas Jefferson University, Philadelphia, USA. She has been the recipient of outstanding award for her contribution to thyroid cancer. Dr. Inderpreet Kaur's joining as a consultant in endocrinology at Columbia Asia Hospital Patiala will provide immense benefit to the patients of this region in the treatment of various endocrine diseases like diabetes, thyroid problems and many others. Columbia Asia Hospital, as you all know, provides comprehensive medical services in the state-of-the-art intensive care unit and neonatal intensive care services, interventional cardiology, cardiothoracic surgery, vascular surgery, laparoscopic surgery, nephrology including renal transplant services, neurology and neurosurgery, joint replacement and other orthopedic surgeries, plastic surgery, pediatrics and more specialties. With the joining of Dr. Inderpreet Kaur, we have added endocrinology as another specialty to the services of the hospital being provided to the patients. ਮੈਨੂੰ ਅੱਜ ਕੋਲੰਬੀਆ ਏਸ਼ੀਆ ਹਸਪੀਟਲ ਜੁਆਇਨ ਕਰਦਿਆਂ ਹੋਇਆਂ ਬੜੀ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ। ਕੋਲੰਬੀਆ ਏਸ਼ੀਆ ਹਸਪੀਟਲਸ ਦੀ ਚੇਨ ਜਿਹੜੀ ਹੈ ਉਹ 2005 ਦੇ ਵਿੱਚ ਸ਼ੁਰੂ ਕੀਤੀ ਗਈ। ਇਹਨਾਂ ਦਾ ਹੈੱਡ ਆਫਿਸ ਮਲੇਸ਼ੀਆ ਦੇ ਵਿੱਚ ਹੈ ਅਤੇ ਇੱਕ US-based ਕੰਪਨੀ ਨੇ ਇਹ ਹਸਪੀਟਲਸ ਦੀ ਚੇਨ ਸ਼ੁਰੂ ਕੀਤੀ।
ਇਹ ਬਹੁਤ ਹੀ ਨਾਮੀ ਗ੍ਰਾਮੀ ਹਸਪੀਟਲ ਚੇਨ ਹੈ ਅਤੇ ਇਹਦਾ ਇਨਫਰਾਸਟ੍ਰਕਚਰ ਅਤੇ ਇੱਥੇ ਵਿੱਚ ਜਿਹੜੀਆਂ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਹਸਪਤਾਲਾਂ ਦੇ ਵਿੱਚ, ਉਹਨਾਂ ਦਾ ਜਿਹੜਾ ਬੇਸ ਹੈ ਉਹ US ਬੇਸਡ ਪ੍ਰੋਟੋਕੋਲਸ ਦੇ ਆਧਾਰ ਤੇ ਕੀਤਾ ਜਾਂਦਾ ਤੇ ਤੁਹਾਨੂੰ ਬੜੇ ਹੀ ਰੀਜ਼ਨੇਬਲ ਪ੍ਰਾਈਸਿਸ ਵਿੱਚ ਬੜੇ ਹੀ ਹਾਈ ਕੁਆਲਿਟੀ ਸਰਵਿਸਿਜ਼ ਪ੍ਰਦਾਨ ਕੀਤੀਆਂ ਜਾਂਦੀਆਂ ਨੇ। ਮੈਂ ਆਪਣੀ ਐਜੂਕੇਸ਼ਨ ਨਿਊਯਾਰਕ ਮੈਡੀਕਲ ਕਾਲਜ ਤੋਂ MD ਮੈਡੀਸਨ ਕੀਤੀ ਅਤੇ ਉਸ ਤੋਂ ਬਾਅਦ ਮੈਂ ਫੈਲੋਸ਼ਿਪ ਐਂਡੋਕ੍ਰੀਨੋਲੋਜੀ ਐਂਡ ਮੈਟਾਬੋਲਿਕ ਡਿਜ਼ੀਜ਼ ਥਾਮਸ ਜੈਫਰਸਨ ਯੂਨੀਵਰਸਿਟੀ ਹਸਪੀਟਲ ਤੋਂ ਕੀਤੀ। ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਮੈਨੂੰ ਹੁਣ ਇਹ ਮੌਕਾ ਮਿਲਿਆ ਕਿ ਆਪਣੇ ਦੇਸ਼ ਵਿੱਚ ਵਾਪਸ ਆ ਕੇ ਮੈਂ ਆਪਣੇ ਸਮਾਜ ਦੀ, ਪੰਜਾਬ ਦੇ ਲੋਕਾਂ ਦੀ, ਦੁਨੀਆ ਭਰ ਦੇ ਲੋਕਾਂ ਦੀ ਮਦਦ ਕਰ ਸਕਾਂ, ਉਹਨਾਂ ਨੂੰ ਗਾਈਡ ਕਰ ਸਕਾਂ, ਉਹਨਾਂ ਨੂੰ ਸਹੀ ਰਸਤਾ ਦਿਖਾ ਸਕਾਂ। ਮੇਰੀ ਸਪੈਸ਼ਲਾਈਜੇਸ਼ਨ ਦੇ ਵਿੱਚ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਉਹਨਾਂ ਵਿੱਚ ਡਾਇਬੀਟੀਜ਼, ਜਿਹਨੂੰ ਕਿ ਪੰਜਾਬੀ ਦੇ ਵਿੱਚ ਸ਼ੂਗਰ ਕਿਹਾ ਜਾਂਦਾ ਹੈ, ਉਹ ਥਾਇਰੋਇਡ ਦੀਆਂ ਪ੍ਰੋਬਲਮਸ, ਬੋਨ ਹੈਲਥ, ਹੱਡੀਆਂ ਦੀ ਸਿਹਤ, ਆਸਟੀਓਪਰੋਸਿਸ ਔਰ ਪਿਟਿਊਟਰੀ ਦੇ ਇਸ਼ੂਜ਼ ਅਤੇ ਮੋਟਾਪੇ ਆਦਿ ਦੇ ਜਿੰਨੇ ਰਿਲੇਟਡ ਇਸ਼ੂਜ਼ ਨੇ ਉਹ ਸਾਰੇ ਮੈਂ ਹੈਂਡਲ ਕਰਦੀ ਹਾਂ। ਮੈਨੂੰ ਪੂਰੀ ਆਸ ਹੈ ਕਿ ਮੈਂ ਆਪਣੀ ਮਿਹਨਤ ਦੇ ਨਾਲ ਔਰ ਆਪਣੀ ਜਿਹੜੀ ਨੌਲੇਜ ਅੱਜ ਤੱਕ ਮੈਂ ਗੇਨ ਕੀਤੀ ਹੈ ਉਹਨੂੰ ਲੋਕਾਂ ਦੀ ਮਦਦ ਅਤੇ ਸਹਾਇਤਾ ਲਈ ਅਪਲਾਈ ਕਰ ਸਕਾਂਗੀ। ਫਿਲਹਾਲ ਇਸ ਬੁਲਟਨ ਚ ਇਨਾ ਹੀ ਤੇ ਸੁਨੇਹੇ ਬਾਕੀ ਖ਼ਬਰਾਂ ਦੀ ਜਾਣਕਾਰੀ ਲਈ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ TV ਨਿਊਜ਼ ਦੇ ਨਾਲ। ਧੰਨਵਾਦ।